محمد وآل محمد صلی علی محمد وآل محمد واجل فرجا محمد. دعا ہے تساں تمام مومنین دا ٹورایا مومنات ماواں بھینا بیٹیاں دا ٹورایا بانیان دی پر خلوص محنت صفے ماتم وچھائی اساں زاکرین دی پڑھائی مرشدہ دی قبول و منظور فرما. ذکر پاک دا صدقہ جو مومنین مومنات بیمارن میرے مالک شفائے کلی عطا فرما. جناب زاکر اہل بیت بھائی وڈے بھائی جان سینئر لیاقت حسین سمندوان وہ بھی حلیل ہیں اور بھی جڑے جڑے مومنی بیمارن مالک صحت کلی عطا فرما. مالک جو بے اولاد ہیں اولاد نرینہ عطا فرما. مالک جنہاں نوں اولاداں دتیاں ہوئیاں نیک بنا عزادار بنا نمازی بنا ماتمی بنا. میرے مالک نازک دور چ ہر مومن دی عزت نوں محفوظ فرما. مالک پارا چنار دے جتنے مومن ہیں انہاں دے درجات بلند فرما. کربلا دے رستے ہیں جتنے شہدا ہیں انہاں دے درجات بلند فرما. میرے مالک امام زمانہ دے ظہور اچ تاجیل فرما. اساں گناہگاراں نوں مولا دی زیارت تو مشرف فرما. دعاواں دی قبولیت واسطے خندہ پشانی نال صلوات پڑھو. وسدے رہن یا علی کہن والے او جائیں وسن او گھر وسن جتھے پنجاں بارہ چوداں دا ذکر. نوکری دا آغاز میں میر تکلم صاحب دے مصریاں تو کر رہے ہوں. دل و نظر پہ تیرا احترام واجب ہے. دل و نظر پہ تیرا احترام واجب ہے. میں مستحب نہیں کہتا یہ کام واجب ہے. میں مستحب نہیں کہتا یہ کام واجب ہے. سلام اس لیے کرتا ہوں آپ کو مولا میں جانتا ہوں جواب سلام واجب ہے. اعوذ باللہ من الشیطان الرجیم. بسم اللہ الرحمن الرحیم.
ਕੋ ਅਲਹਮਦੁਲਿਲਾਹ ਸ਼ਾਹਿਦਨ ਨਜਵਾ ਮਾਲਿਕ ਮੁਲਕੇ ਵਦਬਰਹੁ ਤਦਬੀਰਾ ਸਲਵਾ ਅਸਲਾ والسلام على اشرف الانبياء الرسول المصدق والمصطفى المجيد والمحمود الامين سيدنا ونبينا وشفيع ذنوبنا وطبيب قلوبنا وبالقاسم محمد الذي كان داعيا إلى الله بإذنه وسراج منيرا أما بعد فقد قال الله تعالى في محكم كتاب المجيد بسم الله الرحمن الرحيم يا أيها الذين آمنوا اتقوا الله وَكُنُوا مَعَ الصَّادِقِينَ رَبِّ كَوْنَيْن کے رازوں کو علی کہتے ہیں یاد رکھنا ਮੇਰੇ ਤੋਂ ਪਹਿਲੇ ਵੀ ਮੇਰੇ ਸੀਨੀਅਰ ਬਜ਼ੁਰਗ ਪੜ੍ਹ ਕੇ ਮੇਰੇ ਬਾਅਦ ਵੀ ਮੇਰੇ ਸੀਨੀਅਰ ਮੌਲਾ ਉਸ ਦਿਨ ਮਜਲਿਸ ਪੜ੍ਹਨੀ ਨਸੀਬ ਨਾ ਕਰੇ ਜਿੱਦਣ ਮੈਂ ਇਹ ਸੋਚ ਕੇ ਪੜ੍ਹਾਂ ਕਿ ਮੈਂ ਕਿਸੇ ਤੋਂ ਵੱਡੀ ਪੜ੍ਹਨੀ ਹੈ ਜ਼ਿਕਰ ਨੂੰ ਸਾਰੀ ਜ਼ਿੰਦਗੀ ਹਮੇਸ਼ਾ ਜ਼ਿਕਰ ਸਮਝ ਕੇ ਕੀਤਾ ਅਸੀਂ ਵੱਡੇ ਨਹੀਂ ਜ਼ਿਕਰ ਵੱਡਾ ਹੈ ਸਾਡੀ ਕੀ ਔਕਾਤ ਹੈ ਦੋ ਟਕੇ ਦੀ ਨਹੀਂ ਅਸੀਂ ਤਾਂ ਸਹੀ ਜ਼ਿਆਦਾ ਇੰਤਜ਼ਾਰ ਕਰਦੇ ਇਹ ਭੈਣ ਅਤੇ ਭਰਾ ਦਾ ਤਰਸ ਹੈ ਰੱਬੇ ਕੌਨੈਨ ਕੇ ਰਾਜ਼ੋਂ ਕੋ ਅਲੀ ਕਹਤੇ ਹੈ
ਨੇ ਇਸਲਾਮ ਕੇ ਨਾਜ਼ੋ ਕੋ ਅਲੀ ਕਹਤੇ ਤੁਮ ਤੋ ਕਹਤੇ ਕੇ ਅਲੀ ਜੁਜ਼ਵੇਂ ਇਬਾਦਤ ਨਹੀਂ ਹਮ ਰਸੂਲੋ ਕੀ ਨਮਾਜ਼ ਇੱਕ ਦੋ ਸ਼ੇਰ ਨਜ਼ਮ ਦੇ ਇੱਕ ਅੱਧਾ ਸ਼ੇਰ ਪੰਜਾਬੀ ਦਾ ਅਤੇ ਇੱਕ ਡੇਢ ਬੰਦ ਐ ਸਾਰੀ ਪੜ੍ਹਾਈ ਹੈ ਜੀ। ਨਜ਼ਮ ਹੈ ਸੈਯਦ ਫਿਦਾ ਹੁਸੈਨ ਜਿਨ੍ਹਾਂ ਦੀ ਲਿਖੀ ਹੋਈ ਬੜੀ ਮਕਬੂਲੀਅਤ ਹਾਸਲ ਕਰ ਚੁੱਕੀ ਹੈ, ਬੜੀ ਪਜ਼ੀਰਾਈ ਮਿਲੀ ਹੈ ਇਸ ਨਜ਼ਮ ਅਤੇ ਚਲੋ ਇੱਕ ਦਫ਼ਾ ਫਿਰ ਮੈਂ ਤੁਹਾਡੀ ਨਜ਼ਰ ਕਰ ਦੇਵਾਂ। ਸੈਯਦ ਫਿਦਾ ਹੁਸੈਨ ਉਹਨਾਂ ਦੀ ਲਿਖੀ ਹੋਈ ਅਤੇ ਅਰਸ਼ਦ ਅਲੀ ਉਹਨਾਂ ਦੇ ਲਿਬਾਸ ਜਿਹੜਾ ਉਹਨਾਂ ਦੋਵੇਂ ਗੱਲਾਂ ਸਾਹਮਣੇ ਆ ਗਈਆਂ। ਕੀ ਆਬਤੂਲ ਨੇ ਹਮ ਪਰ ਕਰਮ ਖਰੀਦ ਲੀਏ ਕਿਆ ਬਤੂਲ ਨੇ ਹਮ ਪਰ ਕਰਮ ਖਰੀਦ ਲੀਏ ਕਰਮ ਕਾਫੀ ਹੈ ਖਰੀਦ ਲੀਏ ਰਦੀਫ ਹੈ ਰੈਪੀਟੀਸ਼ਨ ਹੈ ਬਾਰ ਬਾਰ ਕਿਆ ਬਤੂਲ ਨੇ ਹਮ ਪਰ ਕਰਮ ਖਰੀਦ ਲੀਏ ਕਿ ਹਮਨੇ ਆ ਕਰਮ ਖਰੀਦ ਲੀਏ ਕਰਮ ਖਰੀਦ ਲੀਏ ਗਮ ਖਰੀਦ ਮੈਂ ਪਹਿਲਾਂ ਬਿਲਕੁਲ ਆਹਿਸਤਾ ਆਹਿਸਤਾ ਸਲੋ ਐਂਡ ਸਟੱਡੀ ਵਿਨਸ ਦਾ ਰੇਸ ਸਬਰ ਕਾ ਫਲ ਮਿੱਠਾ ਦਾ ਤਰਜਮਾ ਕਰਮ ਖਰੀਦ ਲੀਏ ਹੁਣ ਮੈਂ ਮਤਲਾ ਇੱਥੇ ਪੜ੍ਹਿਆ ਇੱਥੇ ਸਾਨੀ ਮਿਸਰਾ ਸੁਣੇ ਹੁਣ ਸ਼ੇਰ ਐਟੋਮੈਟਿਕਲੀ
ਔਰ ਅੱਛੀ ਸ਼ਾਇਰੀ ਦੀ ਤਰਤੀਬ ਵੀ ਇਹੀ ਹੁੰਦੀ ਹੁਣ ਪਹਿਲਾ ਸ਼ੇਰ ਤੁਹਾਡੀ ਨਜ਼ਰ ਤੁਹਾਡੀਆਂ ਝੋਲੀਆਂ ਤੱਕ ਪਹੁੰਚ ਨਿਆਜ ਮੌਲਾ ਕਰਮ ਖਰੀਦ ਲੀਏ ਅੱਗੇ ਆਏ ਗਮ ਖਰੀਦ ਲੀਏ ਕਰਮ ਖਰੀਦ ਲੀਏ ਗਮ ਖਰੀਦ ਲੀਏ ਮੁਯਸਰ ਥੇ ਕਾਬਾ ਤੈਬਾ ਮੇਰੇ ਹੁਸੈਨ ਨੇ ਦੋਨੋ ਹਰਮ ਖਰੀਦ ਲੀਏ ਕੀਆ ਬਤੂ ਮੈਂ ਬਿਸਮਿਲ੍ਲਾ ਕਰਾਂ ਅੱਲਾਹੁ ਅਕਬਰ ਅੱਲਾਹੁ ਅਕਬਰ ਯਾ ਰਸੂਲ ਅੱਲਾਹ ਯਾ ਅਲੀ ਕਰਮ ਖਰੀਦ ਲੀਏ ਗਮ ਖਰੀਦ ਲੀਏ ਸਹੀ ਗੁਲਸ਼ਨ ਸ਼ਾਹ ਸਾਹਿਬ ਉਹ ਵੀ ਤਸ਼ਰੀਫ ਲੈ ਅੱਲਾ ਜ਼ਿੰਦਗੀ ਕਰੇ ਮੌਲਾ ਦੇ ਮਤਾ ਖਾਂ ਕਰਮ ਖਰੀਦ ਲੀਏ ਹੁਣ ਜਿਹੜਾ ਨਾਮ ਬੋਲਿਆ ਮੈਂ ਸ਼ਾਹਰਾਂ ਨੂੰ ਦੱਸ ਦੇਣਾ ਆਪੇ ਬੁਲਾ ਕਰਮ ਖਰੀਦ ਲੀਏ ਉਹ ਜਿਹੜੀ ਤਰਤੀਬ ਜ਼ਿਹਨ ਚ ਨਾ ਮੈਂ ਦੱਸਿਆ ਮਤਲਾ ਤਰਾ ਮਿਸਰ ਸਾਨੀ ਅੱਗੇ ਸਾਨੀ ਪਹਿਲਾ ਸ਼ੇਰ ਇੱਥੇ ਤੁਸੀਂ ਸੁਣੇ ਹੁਣ ਅਗਲਾ ਸ਼ੇਰ ਇੱਥੇ ਤਾਂ ਆਉਣਾ ਇੱਥੇ ਨਹੀਂ ਇੱਥੇ ਤਾਂ ਆਵੇ ਨਾ ਹਾਲਾਂਕਿ ਉਸ ਤੋਂ ਅੱਗੇ ਦੀ ਗੱਲ ਹੈ ਲੇਕਿਨ ਨਿਆਜ਼ ਮੌਲਾ ਤਰਤੀਬ ਦੱਸ ਰਹੇ ਹਾਂ ਕਰਮ ਖਰੀਦ ਲੀਏ ਹਾਂ ਕਰਮ ਖਰੀਦ ਲੀਏ ਗਮ ਖਰੀਦ ਲੀਏ ਦੋਨੋਂ ਹਰਮ ਖਰੀਦ ਲੀਏ ਬਸ ਇੱਕ ਵਾਰ ਨਬੀ ਨਹੀਂ ਮਿਲਾ ਥਾ ਕਲਮ ਹੁਸੈਨ ਮੌਲਾ ਨੇ ਲੋ ਕਲਮ ਖਰੀਦ ਲੀਏ ਕੀਆ ਬਤੂ ਸਲਾਮਤ ਰਹੋ ਵਸਦੇ ਰਹੋ ਬਿਸਮਿਲ੍ਲਾ ਕਰਾਂ ਫਿਰ ਪੜ੍ਹੀਏ ਮੈਂ ਬਿਸਮਿਲ੍ਲਾ ਕਰਾਂ ਬਸ ਇੱਕ ਵਾਰ ਨਬੀ ਕੋ ਨਹੀਂ ਮਿਲਾ ਥਾ ਕਲਮ ਹੁਸੈਨ ਮੌਲਾ ਨੇ ਲਾ ਕਲਮ ਖਰੀ
جناب زاکر علی بیت علی عمران جعفری لینا لگ گیا مولا تے مدخل کرم خرید لیے غم خرید لیے کیا بات ہے دونوں حرم خرید لیے لوح و قلم ہوں بس اس شعر دی نثر اینی ہے کہ میں انہوں اینڈ تے رکھیا ہے آپ سمجھ جو میں جو اینڈ تے رکھیا ضروری نہیں کہ میں بندیاں نو اپنے آپ توجہ کروان واسطے میں آکھا مینوں شیر تے ٹریکٹر انعام ملیا تے پھر ہی بندیاں مننا ایتھوں خوبی باخوبی انداز ہے اللہ تعالی زندگی کرے امام حسین تعالی السلام مولا صحت دین تندرستی دین آباد رہو بس دے رہو کرم خرید لیے بس اتنا ہی کافی اینڈ تے رکھے کرم خرید لیے غم خرید لیے دونوں حرم خرید لیے لوح و قلم خرید لیے انہیں جو ہم لے محرم میں جیب خر بچوں نے جا کر علم خرید لیے سلامت رہو وستے رہو امام حسین یار وہ ماحول تھوڑا مینو جدا جدو میں جڑے قصیدے دا حکم ہے نا چلو انج کر لینے چار تو پانچ بندے دعا دے دیں گے واہ واہ کر دیں گے تو میں تو ہے ہی مطمئن ذاکر ہاں میں کدی نہیں مولا دی قسمیں کو داد کٹ مل جائے میں کدی نہیں بیمار ہوا مطمئن جو اس واسطے کہ بزرگ ویکھے نے اسی کمبر صاحب نو ویکھیا سائی منظور نو ویکھیا بابا خادم شاہور حافظ محمد علی بلوچ تک میں سنی بیٹھا اسی انہاں بزرگاں نو موسیٰ نقوی جیسی ہستیاں وہ سارے مطمئن ہیں تے الحمدللہ انہاں نوں ویکھ ویکھ کے تھوڑا جا بابا سید صابر حسین شاہ ایک یونیورسٹی دا نام ہے تو اسی انہاں بزرگاں نوں ویکھیا اس واسطے مطمئن تے اے زاکری اینگل نے کوئی دو ترے ایسے جڑے الحمدللہ میں ممبر تے لے کے آندے اس تو پہلے نہیں سی میری مجال ہے ان اینگلاں چ ایک اینگل ہے بھی ہے جدا حکم بندہ بھائی نے کیتا ہے میں کوشش کردا چلو ਪੱਖੀਆਂ ਨੂੰ ਪੱਖੀਆਂ ਉੜਨਾ ਦੱਸਿਆ ਓਏ ਕਰਕੇ ਸਲਾਮ ਅਲੀ ਦਾ ਓ
ਹੁਣ ਪੂਰਾ ਮਿਸਰਾ ਸੁਣ ਲੈਣਾ, ਮੈਂ ਬਿਸਮਿਲ੍ਲਾ ਕਰਾਂ। ਪੱਖੀਆਂ ਨੂੰ ਪੱਖੀਆਂ ਉੜਨਾ ਦੱਸਿਆ ਓਏ, ਕਰਕੇ ਸਲਾਮ ਅਲੀ ਦਾ। ਹੋ ਔਖੇ ਵੇਲੇ ਵੀ ਨਬੀਆਂ ਨਾਮ ਅਲੀ ਦਾ, ਨਾਲ ਅਲੀ ਦੇ ਲੜੀ ਨਾ ਮੁੜ ਜਾ, ਨਾਲ ਅਲੀ ਦੇ ਲੜੀ ਨਾ ਓਏ, ਨਾਲ ਅਲੀ ਦੇ ਲੜੀ ਨਾ, ਨਾਲ ਅਲੀ ਦੇ ਲੜੀ ਲਾਓ, ਨਾਲ ਅਲੀ ਦੇ ਲੜੀ ਲਾਓ, ਨਾਲ ਅਲੀ ਦੇ ਲੜੀ ਲਾ। ਕਬਰ ਖਰਾਬ ਕਰੀ ਨਾ ਮੁੜ ਜਾ, ਨਾਲ ਅਲੀ ਦੇ ਸਲਾਮਤ ਰਹੋ, ਵਸਦੇ ਰਹੋ। ਬਈ ਮੈਂ ਮਹਿਸੂਸ ਕਰ ਰਿਹਾ ਕਾਫੀ ਬੰਦੇ ਇੰਝ ਮਾਸ਼ਾਅੱਲਾ ਪੂਰਾ ਆਉਣ ਡੇ ਨੇ ਮੇਰੇ ਨਾਲ, ਕਾਫੀ ਤੋਂ ਜ਼ਿਆਦਾ। ਇੱਕ ਦੋ ਜਗ੍ਹਾ 'ਤੇ ਮੇਰੇ ਨਾਲ ਇੰਝ ਹੋਇਆ ਗਲਤ ਹੀ ਸਿਰ ਮਾਰਤਾ, ਲੇਕਿਨ ਕਿਆ ਬਾਤ ਹੈ। ਅੱਛਾ, ਓਏ ਜਿਹੜਾ ਕੋਈ ਅਦਬ ਵਾਲਾ ਲਫ਼ਜ਼ ਨਹੀਂ, ਲੇਕਿਨ ਇਹਦੇ ਵਿੱਚ ਅਦਬ ਵੀ ਬਣਾ ਦਿੱਤਾ। ਮੈਂ ਬਿਸਮਿਲ੍ਲਾ ਕਰਾਂ। ਨਾਲ ਅਲੀ ਦੇ ਲੜੀ ਨਾ ਓਏ, ਨਾਲ ਅਲੀ ਦੇ ਲੜੀ ਨਾ। ਕਬਰ ਖਰਾਬ ਕਰੀ ਨਾ ਮੁੜ ਜਾ, ਨਾਲ ਅਲੀ ਦੇ ਲੜੀ ਨਾ ਓਏ, ਨਾਲ ਅਲੀ ਦੇ ਲੜੀ ਨਾ। ਉਮਤ ਲਈਏ ਬੈਤੁੱਲਾ, ਉਮਤ ਲਈਏ ਬੈਤੁੱਲਾ, ਆਇਤਾਂ ਲਈਏ ਬਿਸਮਿਲ੍ਲਾ, ਆਇਤਾਂ ਲਈਏ ਬਿਸਮਿਲ੍ਲਾ। ਗਲਤ ਕੁਰਾਨ ਪੜ੍ਹੀ ਨਾ ਮੁੜ ਜਾ, ਨਾਲ ਅਲੀ ਦੇ ਜਿਵੇਂ ਬਚਣਾ ਜ਼ਿੰਦਗੀ ਆ ਲੜਕੇ। ਸਲਾਮਤ ਰਹੋ, ਵਸਦੇ ਰਹੋ। ਚਲੋ ਬਾਈ ਦੀ ਗੱਲ ਤਾਈ ਦੇ ਵਿੱਚ ਇੱਕ ਸ਼ੇਰ ਸੀ, ਲੇਕਿਨ ਨਿਆਜ਼ੇ ਮੌਲਾ
ਮੇਰਾ ਅਲੀ ਅੱਲਾ ਦਾ ਵਲੀਏ ਅੱਲਾ ਦਾ ਇੱਕ ਨਾਮ ਅਲੀ ਅੱਲਾ ਦਾ ਇੱਕ ਨਾਮ ਅਲੀ ਰੱਬ ਦੇ ਨਾਂ ਤੋਂ ਸੜੀ ਨਾ ਮੁੜ ਜਾ ਨਾਲੇ ਅਲੀ ਦੇ ਲੜੀ ਨਾ ਮੁਸਾਹਿਬ ਵਾਲਾ ਹਿੱਸਾ ਛੋੜ ਕੇ ਇੱਕ ਸ਼ੇਰ ਪੜ੍ਹ ਕੇ ਮੈਂ ਮੈਂਬਰ ਛੋੜ ਰਿਹਾ ਕਿਉਂਕਿ ਮੁਸਾਹਿਬ ਖਾਨ ਕਾਫੀ ਨੇ, ਇੱਕ ਸ਼ੇਰ ਤੁਹਾਡੀ ਇਜਾਜ਼ਤ ਨਾਲ, ਕਿਉਂ ਇਹ ਕਿਹੜਾ ਨਾਲ ਸਮਾਨ ਲੈਣ ਆਏ, ਇਹਨਾਂ ਨੂੰ ਵੀ ਥੋੜਾ ਜਿਹਾ ਕੁਝ ਟਾਈਮ, ਇਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਦਈਏ। ਇਹ ਮੇਰਾ ਆਪਣਾ ਲਿਖਿਆ ਹੋਇਆ ਜਿਹੜਾ ਪਹਿਲੇ ਪੜ੍ਹਿਆ, ਔਰ ਰਾਏ ਅਲੀ ਇਮਰਾਨ ਸਾਹਿਬ ਦਾ, ਬਾਕੀ ਜਿਹਦਾ ਵੀ ਮੈਂ ਲਿਖਿਆ ਹੁੰਦਾ ਮੈਂ ਨਾਮ ਲੈ ਕੇ, ਇਹ ਕੁਰਾਨ ਦੀ ਕਿਸਮ ਮੇਰਾ ਆਪਣਾ ਲਿਖਿਆ। ਮੈਂ ਸਾਲ 'ਚ ਦੋ ਕਸੀਦੇ ਲਿਖਦਾ, ਦੋ ਪੰਜਾਬੀ ਦੇ, ਅਤੇ ਉਹ ਪੂਰਾ ਸਾਲ ਲੰਗਰ ਲੱਗਾ ਰਹਿੰਦਾ, ਓਨੀ ਦੇਰ ਨੂੰ ਮੌਲਾ ਇੱਕ ਦੋ ਹੋਰ ਦੇ ਛੱਡਦੇ। ਆਪਣੀ ਤਾਂ ਉਮਰ ਕੱਟਤੀ ਹੈ, ਅਬ ਇਸ ਦਲੀਲ ਸੇ ਲੰਗਰ ਸੇ ਰੋਟੀ ਖਾਤੇ ਹੈ ਪਾਣੀ ਸਬੀਲ ਸੇ। ਜਿਹੜਾ ਹੈਦਰ ਨਾਲ ਮਵੱਦਤ ਰੱਖਦਾ ਨਹੀਂ, ਇਹਦੇ 'ਚ ਆਪਣੇ ਭਾਈ ਜਾਨ ਦੀ ਮੌਜੂਦਗੀ 'ਚ ਮੌਲਾ ਤੇ ਮਦਾ ਖਾਨਾ ਰੱਖਦਾ ਕਾਫੀਆ ਹੈ, ਰੱਖਦਾ ਜਿਹੜਾ ਹੈਦਰ ਨਾਲ ਮਵੱਦਤ ਰੱਖਦਾ ਨਹੀਂ, ਰੱਖਦਾ ਜਿਹੜਾ ਇਹ ਕਾਫੀਆ ਹੈ, ਜਿਹੜਾ ਇਹਦੇ ਮੁਕਾਬਲੇ 'ਚ ਅੱਗੇ ਦੋ ਕਾਫ, ਦੋ ਹੀ ਕਾਫੀ ਨੇ, ਇੱਕ ਸਾਨੀ ਦਾ ਇੱਕ ਸ਼ੇਰ ਦੇ, ਜਿਹੜੇ ਮੈਂ ਦੋ ਕਾਫੀ ਪੇਸ਼ ਕਰਨੀ, ਇਹਦੇ 'ਤੇ ਮੈਂ ਜਨਾਬ ਨੂੰ ਸਲਾਮ ਕਰਾਂ। ਓ ਜਿਹੜਾ ਹੈਦਰ ਨਾਲ ਮਵੱਦਤ ਰੱਖਦਾ ਨਹੀਂ, ਰੱਖਦਾ ਨਹੀਂ ਕੱਖਦਾ ਨਹੀਂ, ਰੱਖਦਾ ਨਹੀਂ ਕੱਖ। ਇੱਕੋ ਸ਼ੇਰ ਪੜ੍ਹਨਾ, ਸ਼ੇਰ ਦੇ ਵਿੱਚ ਨਿਭਾਇਆ ਹੈ ਭਾਈ ਅਲੀ ਇਮਰਾਨ, ਸ਼ੇਰ ਦੇ ਵਿੱਚ ਨਿਭਾਇਆ ਹੈ, ਲੱਦੇ ਹੋਏ ਨੇ
ਮੈਂ ਹੋਰ ਆਸਾਨ ਕਰ ਦਵਾਂ ਐ ਲੱਦੇ ਇਸ਼ਾਰਾ ਇਸ ਲਈ ਕਿਤੇ ਵੀ ਸਾਰੇ ਮਨ ਸੁਣ ਲੱਦੇ ਲੱਦੇ ਇਹ ਨਿਭਾ ਇਹ ਵੇਖਣਾ ਕਿ ਕਿੱਡਾ ਸੋਹਣਾ ਆਇਆ ਲੱਦੇ ਮਾਸ਼ਰ ਦਾ ਮੈਦਾਨ ਔਖਾ ਮੈਦਾਨ ਓਹੋ ਹੋ 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 ਇੱਕ ਬਹੁਤ ਹੀ ਵੱਡਾ ਕਾਫਲਾ ਜਿਹੜਾ ਨਾ ਧੁੱਪੇ ਖਲੋਤਾ ਧੁੱਪੇ ਗਰਮੀ ਦਾ ਜ਼ੋਰ ਆਖਣਗੇ ਵੀ ਕੋਈ ਨਜ਼ਰ ਆਸਾਨੀ ਕੀਤੀ ਜਾਵੇ ਉਹ ਕੌਣ ਨੀ ਉਹਨਾਂ ਨੂੰ ਪੁੱਛਦਾ ਹੀ ਕੋਈ ਨੀ ਆਉਂਦੇ ਨੇ ਯਾ ਇਲੀ ਮਦਦ ਯਾ ਹੁਸੈਨ ਬਿਸਮਿਲ੍ਲਾ ਲੰਘ ਜਾਓ ਧੁੱਪੇ ਸੜਦੇ ਪਏ ਕੋਈ ਨਜ਼ਰ ਆਸਾਨੀ ਕੀਤੀ ਜਾਵੇ ਇਹ ਪੰਡਾ ਬਣੀਆਂ ਪਈ ਸਾਡੇ ਮਾਲਾ ਨੀ ਪੰਡਾ ਬਣ ਰੋਜ਼ੇ ਰੱਖੇ ਹੋਏ ਨਮਾਜ਼ਾਂ ਪੜ੍ਹੀਆਂ ਹੋਈਆਂ ਮੈਂ ਬਿਸਮਿਲ੍ਲਾ ਕਰ ਜ਼ੇਨ ਚ ਰਹਿ ਲੱਦੇ ਹੋਏ ਅੱਛਾ ਪੰਡਾ ਬਣੀਆਂ ਪਈ ਮਲਾਇਕਾ ਸਾਰੇ ਆਖਸਨ ਉਸਤਾਦ ਮਲਾਇਕਾ ਨੂੰ ਜਨਾਬ ਜਿਬਰਾਈਲ ਨੂੰ ਉਸਤਾਦ ਜੀ ਇਹਨਾਂ ਦਾ ਕੀ ਕਰਨਾ ਹੈ ਉਹ ਆਖ ਰਹੇ ਨੇ ਪੰਡਾਂ ਬਣੀਆਂ ਪਈਆਂ ਪੰਡਾਂ ਬਣੀਆਂ ਪਈਆਂ ਉਸਤਾਦ ਮਲਾਇਕਾ ਮੁਸਕਰਾ ਕੇ ਗੱਲ ਕਰੀ ਆਖਸਨ ਕਿਵੇਂ ਬਈ ਲਿਆਕਤ ਹੁਸੈਨ ਮੰਦੋਣਾ ਸਾਹਿਬ ਮੈਂਬਰ ਪੇ ਪਹੁੰਚ ਗਏ ਉਨਕੇ ਬਾਅਦ ਮੈਂਬਰ ਪੇ ਮੌਜੂਦ ਹੈ ਜਨਾਬ ਭਾਈ ਅਲੀ ਇਮਰਾਨ ਜਾਫਰੀ ਸਾਹਿਬ ਉਨਕੇ ਬਾਅਦ ਸੈਦ ਗੁਲਸ਼ਨ ਸ਼ਹਾਦ ਬੁਖਾਰੀ ਸਾਹਿਬ ਹੰਦੂਆਣੇ ਦੋ ਤਿੰਨ ਮਈ ਸਨ 5 ਨਵੰਬਰ ਨੂੰ ਸੁਡਾਣੇ